रिदम्स ऑफ राइम दे पंजाबी स्टोरी पॉडकास्ट ਵਿੱਚ ਪੇਸ਼ ਹੈ ਅਜਮੇਰ ਸਿੰਘ ਆਲਕਤੀ ਕਹਾਣੀ ਮੰਜੇ ਦੀ ਬਾਹੀ ਗੱਲ ਕੇਰਾ ਮੂੰਹ ਨਿਕਲੇ ਸੀ ਫੇਰ ਆਖੂ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ ਸੀ ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀ ਲਿਆਉਣ ਲੱਗਾ ਸੀ ਗੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹ ਹੀ ਸੁੱਤੇ ਗਏ ਹੋਣ ਮਰਵੇ ਗੱਜੂ ਬੰਦਿਆ ਤੇਰਾ ਬਹਿਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌ ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉੰਜ ਵੀ ਸੁਭਾਅ ਦਾ ਕੋਲਾ ਸੀ ਸੁਣ ਕੇ ਚੁੱਪ ਰਿਹਾ ਇੱਕ ਦੋ ਬੰਦੇ ਉਸ ਨੇ ਵਿੱਚ ਦੀ ਛੁੱਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਅਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ। ਅਸਲ ਵਿੱਚ ਗੱਲ ਗਾਹਾਂ ਖਾਸੀ ਤੁਰ ਗਈ ਸੀ। ਗੱਜੂ ਨੇ ਨੰਦ ਬੰਗਾਲ ਦੀ ਰਾਹੀਂ ਧਨੋਲੇ ਕੰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ। ਸਿਰਫ ਰਕਮ ਤਾਰਨੀ ਬਾਕੀ ਸੀ। ਚਾਹੁੰਦਾ ਉਹ ਇਹ ਸੀ ਵੀ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾਟ ਬੰਦ ਸੁਭ ਕਰ ਲਵੇ। ਚਾਰ ਕਿੱਲੇ ਭੋਏ ਉਸ ਨੂੰ ਆਉਣੀ ਸੀ ਇੱਕ ਕਿੱਲਾ ਗਹਿਣੇ ਪਾਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਕਰ ਛੱਡਿਆ ਸੀ 3000 ਵਿੱਚ 1600 ਦੀ ਤੀਮੀ ਬਾਕੀ ਘਰ ਦਾ ਲੱਕਾ ਤੁਕਾ ਕੇਰਾ ਜ਼ਮੀਨ ਵੰਡੀ ਜਾਵੇ ਘਰ ਦਾ ਵੰਡਿਆ ਹੀ ਪਿਆ ਉੱਛਲ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਚਾਹੇ ਬਾਹਰਲਾ ਜਦੋਂ ਕੋਈ ਬਾਹ ਨਾ ਗਈ ਸੱਜਣ ਬਾਹਰਲੇ ਘਰ ਜਾ ਕੇ ਗੱਜੂ ਤੇ ਪੈਰੀ ਪੈ ਗਿਆ ਆ ਦੇਖ ਬਾਈ ਤੇਰੇ ਪੈਰੀਂ ਪੱਗ ਧਾਰਨਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਹੀ ਸੀ ਤਾਂ ਮੇਰਾ ਵਿਆਹ ਕਰਨੂ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਐ ਮੇਰੇ ਜਬਾਕ ਹੋਏ ਕਿ ਤੇਰੇ ਹੋਏ ਇੱਕੋ ਗੱਲ ਐ ਸੰਤੀ ਵੀ ਕਦੀ ਤੈਨੂੰ ਉਹ ਏ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਤੀਮੀ ਦਾ ਕੀ ਪਤਾ ਹੁੰਦਾ ਅੱਜ ਇੱਥੇ ਕੱਲ ਉੱਥੇ ਪਰ ਗੱਜੂ ਉੱਤੇ ਇਹਨਾਂ ਗੱਲਾਂ ਦਾ ਅਸਰ ਨਾ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰ ਦਿੱਤਾ ਮੁੱਲ ਦੀ ਤੀਮੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋਊ ਮੈਂ ਝੱਲ ਲੂੰ ਪਰ ਸੱਜਣਾ ਜਮੀਨ ਤੇ ਤੈਨੂੰ ਵੰਡਣੀ ਪਊ ਭਾਈ ਪਰ ਆਪਣਣ ਵਿੱਚ ਵੰਡ ਦੇਂਗਾ ਤੇਰੀ ਸ਼ਾਬਾਸ਼ ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜ਼ੀ ਸੱਜਣ ਪਰਦੇ ਨਾਲ ਅੱਖਾਂ ਪੁੰਝ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱਲਿਆਂ ਦੇ ਸਿਰ ਤੇ ਤਾਂ ਉਸਦੇ ਇੱਕ ਮੁੰਡੇ ਦਾ ਵੀ ਸਾਖ ਨਹੀਂ ਹੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆਪ ਵਿੱਚ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਬਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ ਸਗੋਂ ਸੰਤੋਂ ਨੇ ਫਸਾਇਆ ਸੀ ਉਸਨੇ ਗੱਲੀ ਬਾਤੀ ਸੰਤੋਂ ਨੂੰ ਕਈ ਵਾਰ ਆਖਿਆ ਸੀ ਇਸ ਗਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ ਤੂੰ ਇਹਨੂੰ ਬਲੋਸ-ਬਲਾਸ ਕੇ ਰੱਖਿਆ ਕਰ ਪਰ ਸੰਤੋ ਨੇ ਜ਼ਿੱਦ ਨਾ ਛੱਡੀ ਮਰਨੀ ਮਰਜੂ ਪਰ ਮੈਂ ਜੇਡ ਨੂੰ ਮੰंजे ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਬਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਗੇ ਦਾ ਗੱਡਾ ਲੱਦਦਾ ਡਿੱਗ ਕੇ ਮਰ ਗਿਆ ਸੀ ਪੰਜ ਕੁ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਝੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਝੇ ਉੱਤੇ ਅੱਡੀਆਂ ਰਗੜਦੀ ਤੁਰ ਗਈ ਸੀ। ਗੱਜੂ ਉੱਤੇ ਹੀ ਆਪਿਆ ਸੀ ਸਾਰਾ ਪਾਰ। ਦੋ ਭੈਣਾਂ ਬੂਹਿਆਂ ਤੋਰੀਆਂ। ਸੱਜਣ ਨੂੰ ਭਾਈ ਨਹੀਂ ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ। ਫੇਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ। ਜੱਟ ਦੇ ਪੁੱਤ ਨੂੰ ਚਾਰ ਕਿੱल्ल्याਾਂ ਤੇ ਕਿਹੜਾ ਕੁੜੀ ਦਿੰਦਾ ਹੈ? ਗੱਜੂ ਨੇ ਸੋਚਿਆ। ਉਸ ਨੂੰ ਤਾਂ ਸਾਖ ਹੋਣੋਂ ਰਿਹਾ। ਇੱਕ ਤਾਂ ਰੱਬ ਨੇ ਉਂਝ ਵੱਜੋ ਬੱਤਾ ਬਣਾਤਾ। ਦੂਜੇ ਉਮਰ ਪੱਖੋਂ ਵੀ 35 36 ਦਾ ਹੋ ਚੱਲਿਆ ਸੀ ਚਲੋ ਭਾਈ ਤਾਂ ਘਵਾਰਾ ਨਾ ਰਹੇ ਉਸਨੇ ਬਾਰੂ ਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਾਵਾਂ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨਹੀਂ ਤੂੰ ਪੁੰਨ ਕਰ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਸੀਰ ਪੈਜੋ ਸੀਤੇ ਨੂੰ ਵੀ ਗੱਲ ਜੱਜ ਗਈ ਤੇ ਉਸਨੇ ਸੱਜਣ ਨੂੰ ਸਾਥ ਕਰਵਾ ਕੇ 2 ਮਹੀਨਿਆਂ ਦੇ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਜਿਵੇਂ ਉਹਦਾ ਆਪਣਾ ਹੀ ਵਿਆਹ ਹੋਵੇ ਜੱਟ ਦਾ ਇੱਕ ਪੁੱਤ ਵਿਆਹਾ ਜਾਵੇ ਸਮਝੋ ਸਾਰੇ ਵਿਆਹ ਹੀ ਗਏ ਇੱਕ ਕਿੱਲਾ ਗਹਿਣੇ ਰੱਖ ਕੇ ਉਸਨੇ ਸੰਤੋ ਲਈ ਮੂੰਹ ਸਿਰ ਦੀਆਂ ਸਾਰੀਆਂ ਟੂਮਾਂ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀ ਸੀ ਆਉਂਦਿਆਂ ਹੀ ਉਸਨੇ ਘਰ ਦੀ ਖਿਲਰੀ ਹੋਈ ਸਾਰੀ ਕਬੀਲਦਾਰੀ ਨੂੰ ਰੱਸਾ ਪਾ ਲਿਆ ਉਤੋਂ ਚੰਗੇ ਭਾਗਾ ਨੂੰ ਸਾਲੋਂ ਅੰਦਰ ਰੱਬ ਨੇ ਚੰਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਦਿਨਾਂ ਵਿੱਚ ਹੀ ਗੱਜੂ ਤੇ ਸੱਜਣ ਦੇ ਘਰ ਦਾ ਰੰਗ ਹੋਰ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਵਰਕਤਾ ਉਹਨਾਂ ਦੇ ਘਰ ਵੱਲ ਖਿੱਚ ਲਈਆਂ ਸੰਤੋ ਦੁਆਲੇ ਉਹ ਉਰੀ ਅੰਗੋਂ ਕੁਖਦੇ ਰਹਿੰਦੇ ਦੋ ਕੁ ਸਾਲਾਂ ਵਿੱਚ ਹੀ ਉਹਨਾਂ ਨੇ ਗਹਿਣੇ ਪਿਆ ਕਿਲਾ ਵੀ ਚੁੜਾ ਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋਦੀ ਕੁਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਹੈ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇੜਦੀ ਕਾਟੋ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਦੀਰ ਨੇ ਕੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਦੇ ਨਾਲ ਕੋਈ ਤੀਵੀਂ ਸੁੱਤੀ ਪਈ ਹੋਵੇ ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾਂ ਪਾੜ ਪਾੜ ਕੇ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿੱਚ ਘੁੰਮਦਾ ਰਿਹਾ ਦਿਨ ਛਿਪਦੇ ਨਾਲ ਹੀ ਉਸ ਨੂੰ ਡਰ ਜਾ ਹੋਂ ਲੱਗਾ ਕਿ ਕਿਤੇ ਇਹ ਸੁਪਨਾ ਅੱਜ ਰਾਤੀ ਫਿਰ ਨਾ ਆ ਜਾਵੇ ਉਸਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਨਾ ਆਇਆ ਪਰ ਜਿਹੜਾ ਆਇਆ ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਢਾਬ ਵਿੱਚ ਨਹਾ ਰਿਹਾ ਸੀ ਤੇੜ ਸਿਰ ਦੇ ਕੱਪੜੇ ਲਾ ਕੇ ਅਲਫ ਨੰਗਾ ਇੱਕ ਤੀਵੀਂ ਆਈ ਤੇ ਉਸ ਦੇ ਕੱਪੜੇ ਚੁੱਕ ਕੇ ਪਰਾਂ ਵਣਾ ਵਿੱਚ ਲੁਕ ਗਈ ਐਦਾਂ ਮਹੀਨਾ ਵੀ ਦਿਨ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਹੋਈ ਵੀ ਇੱਕ ਗੱਲ ਸਾਂਝੀ ਹੁੰਦੀ ਤੀਵੀਂ ਦੇ ਆਉਣ ਦੀ ਗੱਲ ਪਹਿਲੇ 2-3 ਸੁਪਨੇ ਆਨੇ ਤਾਂ ਗੱਜੂ ਨੂੰ ਘਬਰਾਹਟ ਦਿੱਤੀ ਪਰ ਫਿਰ ਉਸ ਨੂੰ ਇਹ ਸੁਪਨੇ ਚੰਗੇ-ਚੰਗੇ ਲੱਗਣ ਲੱਗ ਪਏ ਉਸ ਨੂੰ ਉਹਨਾਂ ਵਿੱਚ ਨਿਗਝਾ ਮਿਲਣ ਲੱਗਾ ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਅਜੀਹਾ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ-ਟੁੱਟਿਆ ਜਿਹਾ ਮਹਿਸੂਸ ਕਰਦਾ ਅਜੀਬ ਗੱਲ ਸੀ ਕਿ ਇਹ ਸੁਪਨੇ ਜਾਂ ਤਾਂ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਹੁਣ ਜਦੋਂ ਉਹ 40 ਤੇ 40 ਸਾਲ ਦਾ ਹੋ ਚੱਲਿਆ ਸੀ ਇੱਕ ਦਿਨ ਹੋਰ ਹੀ ਬਾਣਾ ਵਰਤਿਆ ਦਿਨ ਛੁਪੇ ਮੂਨੇਰੇ ਜਿਹੇ ਉਹ ਸੋਏ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦਿਆਂ ਉਸ ਨੂੰ ਇੱਕ ਤੀਵੀਂ ਤੇ ਇੱਕ ਮਰਦ ਦਾ ਝੋਲਾ ਪਿਆ ਮਰਦ ਨੇ ਤੀਵੀਂ ਨੂੰ ਆਪਣੀ ਹਿੱਕ ਨਾਲ ਘੁੱਟ ਰੱਖਿਆ ਸੀ ਗੱਜੂ ਨੇ ਧੋਵਾ ਨੂੰ ਜਾਗ ਜੀ ਤੋਂ ਨ ਪਿਆ ਇਹ ਤਾਂ ਜੇਠੂ ਬਾਣੀਆਂ ਦੀ ਵੱਡੀ ਕੁੜੀ ਸੀ ਲੋ ਤੇ ਧਰਮੇ ਤਖਾਨ ਦਾ ਮੁੰਡਾ ਕੀਚਰ ਸੀ ਕੀਚਰ ਉਸਦੇ ਪੈਰੀਂ ਬੈ ਗਿਆ ਚਾਚਾ ਹੱਥ ਬਣਾ ਲੈ ਅੱਗੇ ਗੱਲ ਨਾ ਕਰੀ ਉੱਡ ਜੋ ਭੈਣ ਦੇ ਦੁੱਗੋ ਜੇ ਅੱਗੇ ਨੂੰ ਇਹੋ ਜਿਹਾ ਕੰਮ ਕੀਤਾ ਤਾਂ ਦੇਖ ਲਿਓ ਫਿਰ ਕਹਿਣ ਨੂੰ ਤਾਂ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਦੇਖ ਕੇ ਉਸ ਨੂੰ ਵੀ ਸੁਆਦ ਜਹਾ ਆ ਰਿਹਾ ਸੀ ਉਸ ਰਾਤ ਨੂੰ ਫਿਰ ਸੁਪਨਾ ਆਇਆ ਪਹਿਲਿਆਂ ਸੁਪਨਾ ਵਰਗਾ ਔਰ ਇਸ ਵਾਰੀ ਉਸਨੇ ਸੁਪਨੇ ਵਿੱਚਲੀ ਤੀਮੀ ਨੂੰ ਪਛਾਣ ਲਿਆ ਇਹ ਤਾਂ ਸੰਤੋਸ਼ੀ ਉਸਦੀ ਆਪਣੀ ਪਰਜਾਈ ਸੁਪਨਾ ਕਾਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਸਨੂੰ ਲੱਗਦਾ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪੈਂਦਾ ਇਹ ਕੀ ਹੁੰਦਾ ਜਾ ਰਿਹਾ ਤੈਨੂੰ ਭੈਣ ਦੇ ਹਦੁਗਾ ਧੋਲੀ ਦਾੜੀ ਹੁਣ ਤੈਨੂੰ ਇਹ ਕੀ ਚਾਗ ਉੱਦਣ ਲੱਗ ਪਿਆ ਤੇ ਕਦੇ ਉਹ ਸੰਦਰ ਅੱਗ ਜਿਹੀ ਪੈਦਾ ਹੁੰਦੀ ਜੇ ਡੀ ਉਸ ਨੂੰ ਲੱਗਦਾ ਉਸ ਨੂੰ ਸਾੜ ਕੇ ਹੀ ਸਾਹ ਲਵੇਗੀ ਹਾਲਤ ਇਹ ਹੋ ਗਈ ਸੀ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਇਸ ਸਮੱਸਿਆ ਨਾਲ ਉਲਝਿਆ ਰਹਿੰਦਾ ਪਤਾ ਨਹੀਂ ਕਿਉਂ ਉਹ ਸੰਤੋ ਨੂੰ ਹੁਣ ਚੋਹ ਰੱਖ ਨਾਲ ਵੇਖਣ ਲੱਗ ਪਿਆ ਸੀ ਸੰਤੋ ਉਸ ਤੋਂ 곤ਡ ਕੱਢਦੀ ਸੀ ਪਰ ਉਹ 곤ਡ ਐਵੇਂ ਨਾ ਦਾਹੀ ਸੀ ਉਸ ਨੇ ਸੰਤੋ ਦਾ ਚਿਹਰਾ ਮੋਰਾ ਅੱਗੇ ਵੀ 100 ਵਾਰੀ ਵੇਖਿਆ ਸੀ ਪਰ ਉਸ ਚਿਹਰੇ ਮੋਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵੱਧਦੀ ਵੱਧਦੀ ਵਧ ਹੀ ਗਈ ਅੱਗ ਦੇ ਭਾਂਬੜਾਂ ਨੇ ਗੱਜੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਵਿੱਚ ਪਾਣੀ ਲਾਣ ਗਿਆ ਸੀ ਗੱਜੂ ਆਪਣੇ ਆਪ ਨਾਲ ਕੁਲਦਾ ਸੰਤੋ ਦੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ ਕੰਬ ਦੇ ਹੱਥਾਂ ਨਾਲ ਉਸ ਸੰਤੋ ਦੀ ਬਾਹ ਨੂੰ ਹਿਲਾਉਣਿਆ ਸੰਤੋ ਤਰਬ ਕੇ ਉੱਠੀ ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਵੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਹੀ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਝੋਲਾ ਵੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਵੀ ਉਹ ਗੱਜੂ ਦੀ 부ਜੀ ਹੋਈ ਅੱਖ ਨੂੰ ਬਚਾਣ ਗਈ ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਘਿਆੜੀ ਜਾਗ ਪਈ ਹੋਵੇ ਉਹ ਗੱਜੂ ਤੇ ਝਪਟਣ ਹੀ ਵਾਲੀ ਸੀ ਕਿ ਉਸ ਦੀ ਤ੍ਰੀਮਤ ਸੂਝ ਬੋਲ ਪਈ ਸੰਤੋਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਉੱਠ ਖੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੋ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਇੱਕ ਵੀ ਸ਼ਬਦ ਨਾ ਕਹਿ ਸਕਿਆ ਆਪਣੀ ਬਰਫ ਉਹੀ ਦੇਨੋਂ ਘਸੀਟਦਾ ਉਹ ਆਪਣੇ ਮੰਜੇ ਤੇ ਆ ਡਿੱਗਾ ਗਈ ਰਾਤ ਤੱਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜੀਆਂ ਤੇ ਚੜੀਆਂ ਤੀਮੀਆਂ ਉਸ ਦੀ ਹਿੱਕ ਉਤੋਂ ਦੀ ਦਗੜ ਦਗੜ ਘੋੜੇ ਦਬਲਦੀ ਜਾਂਦੀਆਂ ਸਨ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਨੂੰ ਕੋਈ ਤੋੜ ਜਹੀ ਲੱਗੀ ਰਹਿੰਦੀ ਤੇ ਉਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਨੰਦ ਬੰਗਾਲੀ ਨਾਲ ਉੱਠਣ ਬੈਠਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ ਤੀਮੀ ਲਿਆਉਣ ਬਾਰੇ ਫੈਸਲਾ ਕਰਕੇ ਆਪਣੇ ਛੋੜੇ ਭਾਈ ਨੂੰ ਸੌ ਦੀ ਇੱਕ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹਿੱਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਆ ਕਰ ਲੈ ਜ਼ਮੀਨ ਵਿੱਚ ਤੇਰਾ ਹੱਦ ਹੈ ਪਰसों ਵੜ ਲਾਂਗੇ ਪੰਚਾਇਤ ਗਾਉ ਨੂੰ ਪਾਣੀ ਆ ਵਿਚਾਲੇ ਐਵੇਂ ਕੋਈ ਕੋਸ਼ਖੂ ਕੋਈ ਕੋਸ਼ ਅੱਜ ਜਾ ਕੇ ਮੈਂ ਕੱਲ ਨੂੰ ਮਾਮੇ ਨੂੰ ਨਾਲ ਲੈ ਆਉਣਾ ਘਰ ਦੀ ਗੱਲ ਘਰ ਵਿੱਚ ਨਿਬੜ ਜੂ ਸੱਜਣ ਤਾਂ ਐਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚਲਾ ਗਿਆ ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਮੀ ਸੱਚਮੁੱਚ ਹੀ ਲੈ ਆਵੇਗਾ ਭਿੰਕਤਾ ਉਹਨੂੰ ਮਹੀਨਾ ਪਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਆਉਣ ਜਾਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਨ ਹੈ ਆਪੇ ਠੀਕ ਹੋ ਜੂ ਪਰ ਉਹਨੂੰ ਕੀ ਪਤਾ ਸੀ ਗੱਜੂ ਆਪਣੀ ਹਿੰਦ ਨੂੰ ਇੰਨੀ ਦੂਰ ਤੱਕ ਲੈ ਕੇ ਜਾਵੇਗਾ ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਉਸ ਦਾ ਤਾਂ ਬਣਿਆ ਬਣਾਇਆ ਘਰ ਢਹ ਢੇਰੀ ਹੋਣ ਲੱਗਾ ਅਠਾਂ ਵਿੱਚੋਂ ਚਾਰ ਕਿੱਲੇ ਜੇ ਗੱਜੂ ਲੈ ਜੂ ਤਾਂ ਉਹਦੇ ਦੋ ਪੁੱਤਾਂ ਦੇ ਪੱਲੇ ਕੀ ਪਾਉ ਅੱਗ ਤੇ ਸੁਆਹ ਚਾਰ ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫੇਰ ਉਹਨਾਂ ਪੁੱਤਿਆਂ ਦੀ ਪਤਾ ਨਹੀਂ ਕਹੇ ਘਰ ਦੀ ਹੋ ਕਿਸੇ ਮਾੜੀ ਧੀੜੀ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੂ ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਬਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਭਾਈ ਐ ਉਹ ਵੀ ਤੀਵੀਆਂ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ ਇਹ ਤਾਂ ਫਿਰ ਘਰ ਦੀ ਘਰ ਵਿੱਚ ਗੱਲ ਐ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਈ ਵਾਰ ਆਨੀ ਬਹਾਨੀ ਕਹਿ ਬੈਠਾ ਜਾਨੀ ਸੰਤੋਖ ਨਹੀਂ ਲਿਏ ਆਪਣੇ ਹੱਥੀ ਆਪਣੀ ਖੇਡ ਆਪ ਹੀ ਬਗਾੜੀ ਜਾਨੀ ਹੈ ਜਗ ਵਿੱਚ ਤੈਨੂੰ ਕੋਣ ਸਿਆਣੀ ਆਖੂ ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜਬੀ ਚੁੱਕੀ ਤੇ ਪੰਬ ਤੋਂ ਪਰ ਲਈ ਕੱਲ ਦੀ ਹੀ ਬਾਹਰ ਕੰਨੀ ਚਲ ਪਈ ਮੁਰਦੀ ਹੋਈ ਬੇ ਧੜਕ ਹੋ ਕੇ ਬਾਹਰਲੇ ਘਰ ਜਾਵੜੀ ਗੱਜੂ ਮੰਜੇ ਚ ਪਿਆ ਖਾਉ ਖਾਉ ਕਰ ਰਿਹਾ ਸੀ ਉਸਦੇ ਮੰਜੇ ਦੀ ਬਾਹੀ ਤੇ ਬਹਿ ਕੇ ਉਹ ਪਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ ਮਖਸ ਹੋ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲੈ ਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਹੈ ਮੈਂ ਢਮ ਆਈਆਂ ਰਾਤ ਕਾਣੀ ਬਹਿੜ ਦਾ ਮੱਥਾ ਸੁਣ ਕੇ ਸੱਜਣ ਸਿੰਘ ਨੂੰ ਜਿਵੇਂ ਪਹਿਲੇ ਤੋੜ ਦੀ दारू ਵਰਗਾ ਨਸ਼ਾ ਆ ਗਿਆ ਹੋਵੇ ਓਏ ਨਹੀਂ ਰੀਸਾਂ ਬਸੰਤ ਕਰਦੀਆਂ ਕਹਿ ਕੇ ਉਸ ਨੇ ਸੰਤੋ ਨੂੰ ਜੱਫੀ ਵਿੱਚ ਘੁੱਟ ਕੇ ਇੱਕ ਨਹੀਂ